नमस्कार दोस्तों, प्रणाम, सत श्री अकाल, केम शो मजामा। असीकाल जी, अज असी खड़े हैं फ्रेडरिकटन शहर च। वीडियो शुरू करन तो पहले कह देना भी जो तुसीं इन्वेस्टमेंट करनी है इस एरिए विच कर सकते हो, घर सस्ते इत्थे बहुत ज़्यादा। हुण आपां गल करदे हां होंडा सिविक स्पोर्ट्स मॉडल 2022 समर्थ वीर सिद्धू की गड्डी आ। तो जे किसी वीर ने होंडा सिविक स्पोर्ट्स मॉडल लेना होवे तां इह देख लैणी चाहीदी कि नहीं, कॉस्ट किन्नी पई आ, किन्नी किश्त जांदी आ, इंश्योरेंस किन्नी आ। न्यू ब्रांडविक की, ब्रैम्पटन की तो फिर भी 3-4, 450 आउंदी आ। इंश्योरेंस कराने गड्डी की मैनू फोन कर, ठीक है जी। सो ये गड्डी बाई ने लई सी, बाई ने गलबात करांगे विच बह के गड्डी दे। सोहनी है लुक, थोड़ी लुक दिखा दो जी, आ जाओ। तो व्हील आप पवाए ने? नहीं, ये कंपनी दे, कंपनी वालों पाए पवाए। ठीक है, ये गड्डी अपनी यही है? अपनी है, नंबर प्लेट चेक कर लो पीछे अपने। आई सॉ दैट ऑलरेडी, डोंट वरी अबाउट दैट। सो साइड कैमरे इधर भी है नहीं, कहे गए नहीं कैमरे नहीं है, इधर भी कैमरे है नहीं। टूरिंग मॉडल है ਇਹ ਮਤਲਬ ਦੂਜੀ ਐਮ ਐਸ ਆਰ ਪੀ ਤੇ 27,000 ਆ, ਪਰ ਫਿਰ ਵੀ ਟੈਕਸ ਪਾ ਕੇ ਤੇ ਕੁੱਲ ਮਿਲਾ ਕੇ 38,000 ਦੀ ਪੈ ਗਈ ਮੈਨੂੰ ਇੱਥੇ। ਬਾਕੀ ਇੱਥੇ ਟੈਕਸ ਵੀ ਜ਼ਿਆਦਾ ਪੈਂਦਾ, ਇੱਥੇ 15% ਟੈਕਸ ਪੈਂਦਾ ਵਾ। ਸੋ 1,000-2,000 ਦਾ ਉੱਥੇ ਫਰਕ ਪੈ ਜਾਂਦਾ ਬਾਕੀ ਪ੍ਰੋਵਿੰਸਾਂ ਨਾਲੋਂ। ਓਕੇ, ਕੋਈ ਇੰਸ਼ੋਰੈਂਸ ਲਈ ਗੈਪ ਇੰਸ਼ੋਰੈਂਸ ਕੁੱਖ ਲਿਆ ਤਾਂ ਨਹੀਂ? ਉਹ ਨਹੀਂ ਕਰਦਾ। ਕੋਈ ਨਾ, ਆਪਾਂ ਖੋਲਣੀ ਆ। ਅੱਛਾ ਅੱਛਾ, ਠੀਕ ਹੈ। ਲਓ ਜੀ ਬਾਈ, ਸੈਂਸਰ ਹੈਗੇ ਨੇ ਵਿੱਚ ਬਹਿਨੇ ਗੱਡੀ ਦੇ। ਹੋਰ ਬਾਈ, ਤੁਹਾਡੀ ਵੀਡੀਓ ਬਣ ਰਹੀ ਹੈ, ਕੋਈ ਦਿੱਕਤ ਤਾਂ ਨਹੀਂ? ਓਕੇ, ਸੀ ਯੂ। ਓਕੇ ਲਓ ਜੀ, ਗੱਡੀ ਅਸੀਂ ਗੱਡੀਆਂ ਬਾਹਲੀਆਂ ਚਮਕਾ ਚਮਕਾ ਨਹੀਂ, ਅਸੀਂ ਵੀਡੀਓ ਬਣਾਉਣਾ ਸਿਰ ਪਾ ਦੇ ਹਨਾ। ਬਸ ਇਦਾਂ ਕੋਈ ਟੱਕਰ ਜੀ ਤੇ ਵੀਡੀਓ ਬਣਾਉਣ ਲੱਗ ਪਈਦਾ। ਆਹੋ ਲਓ ਜੀ ਬਾਈ, ਅਸੀਂ ਬਾਹਲੀ ਗੱਡੀ ਚਮਕਾ ਕੇ ਨਹੀਂ, ਕਿਉਂਕਿ ਸਟੂਡੈਂਟਾਂ ਦੀ ਗੱਡੀ ਹਨਾ, ਮਿਹਨਤ ਕਰਦੇ ਆ ਬਾਈ, ਡਿਲੀਵਰੀਆਂ ਵਗੈਰਾ ਜਾਂ ਹੋਰ ਕੰਮ, ਸੋ ਮਾੜਾ ਮੋਟਾ ਚੱਲਦਾ ਹੀ ਆ। ਬਾਹਲੀ ਚਮਕਾ ਕੇ ਪਾਵਾਂਗੇ ਫਿਰ ਸਟੂਡੈਂਟ ਬਾਹਲੇ ਅਟਰੈਕਟ ਹੁੰਦੇ ਨੇ ਵੀ ਉੱਥੇ ਗੱਡੀ ਚੱਕਣੀ ਆ। ਸੋ ਤਾਜ਼ੀ ਤਾਜ਼ੀ ਬਾਈ ਨੇ ਗੱਡੀ ਭੰਨੀ ਆ, ਵੱਜੇਗੀ ਇੱਥੇ? ਇਹ ਕੱਲ੍ਹ ਹਾਈਵੇ 'ਤੇ ਜਾਣ ਦਿਆ ਸੀ ਅਤੇ ਉਹ ਅੱਗੋਂ ਰੋੜੇ ਵੱਜੀ, ਅਗਰੋੜੀ 'ਚ ਵੱਜੀ ਆ। ਇੰਸ਼ੋਰੈਂਸ ਨੂੰ ਕਾਲ ਕੀਤੀ ਫਿਰ? ਹਾਂ ਕਰਤੀ ਆ, ਉਹ ਕੱਲ੍ਹ ਕਰਾ ਵੀ ਲਿਆ ਮੈਂ, ਕਰਾ ਲਿਆ ਹਾਂ ਉੱਥੇ। ਓਕੇ, ਕੰਪਨੀ ਤੋਂ। ਹੁਣ ਆਪਾਂ ਵਿੱਚੋਂ ਮਾੜਾ ਦਿਖਾ ਦੀ ਗੱਡੀ, ਫੜਾ ਦੇ ਕਰਾਂ ਹੁਣ। ਸੋ ਲੁੱਕ ਦੀ ਬਾਈ, ਇੱਕ ਤਾਂ ਡੈਸ਼ਬੋਰਡ ਆਹ ਜਿਵੇਂ ਲੱਗੀ ਆ ਤਾਂ ਲਾ ਦੇ, ਅਤੇ ਆਹ ਲੱਗਿਆ ਜਿਵੇਂ ਇਹਦੇ 'ਚ ਵੀਡੀਓ ਤਾਂ ਚੱਲਦੀ, ਵੀਡੀਓ ਤਾਂ ਚੱਲਦੀ ਇਹਦੇ 'ਚ, ਚਲਾਈ ਨਹੀਂ ਹੋਣੀ। ਚਲੋ, ਸੋ ਸਟੇਅਰਿੰਗ ਛੋਟਾ ਜਿਹਾ, ਆਹ ਸਟੇਅਰਿੰਗ ਗਰਮ ਹੁੰਦਾ, ਮਗਰ ਹਿੱਟ ਨਹੀਂ ਗਰਮ ਹੁੰਦੀਆਂ 'ਚ? ਨਹੀਂ। ਓਕੇ, ਫਰੰਟ ਹੀ ਆ, ਆਹ ਡਿਜ਼ਾਇਨ ਜਾਂ ਜਾਲੀ ਜੀ ਇਹਦੇ 'ਚ ਇੱਦਾਂ ਦੀ, ਅਤੇ ਦੋਨੇ ਅਲੱਗ ਅਲੱਗ ਸੀਟਾਂ 'ਚ ਜਾਂਦਾ ਗਰਮੈਸ਼, ਕਿ ਇੱਕੋ ਜੀ ਜਾਂਦੀ? ਓਕੇ, ਅਲੱਗ ਅਲੱਗ ਗਰਮੈਸ਼ ਜਾਂਦੀ ਆ ਬਾਈ, ਅਤੇ ਬਾਕੀ ਨੋਰਮਲ ਜਿਵੇਂ ਆਮ ਗੱਡੀਆਂ 'ਚ ਹੁੰਦਾ ਉਵੇਂ ਹੀ ਆ। ਅਤੇ ਅਸਲ ਦੇ ਉਹ ਪਿਆ, ਪਹਿਲਾਂ ਪੀਤਾ ਹੋਣਾ ਇਹਨੇ ਕੋਲਡ ਕੌਫੀ, ਅਤੇ ਤਾਂ ਹਾਂ ਸਨਰੂਫ ਹੈਗਾ, ਅਤੇ ਬਾਕੀ ਇਹਦੇ 'ਚ ਹਾਂ ਜਿਹੜੀ ਆਪਾਂ ਲਾਸਟ ਵੀਡੀਓ ਪਾਈ ਸੀ ਗੱਡੀ ਦੀ ਨਾ, ਹੁੰਡਾ ਅਕਾਰਡ ਸੀ ਕਿਹੜੀ ਪਾਈ ਸੀ ਯਾਰ, ਭੁੱਲ ਗਿਆ। ਹਾਂ, ਹੁੰਡਾਈ ਅਲੰਟਰਾ ਹਾਈ ਟੈਕ ਜਿਹੜੀ ਹੈਗੀ, ਜਿਹੜੀ ਉਹਦੇ ਪੱਗ ਲੱਗਦੀ ਸੀ, ਮਤਲਬ ਕਿ 1 ਇੰਚ ਦੀ, ਇੱਥੇ ਬਹੁਤ ਵਧੀਆ, ਮਤਲਬ ਆਲਮੋਸਟ ਅੱਧੀ ਗੱਠ ਦਾ ਫਰਕ ਆ। ਸੋ ਇਸ ਪੱਖੋਂ ਬਹੁਤ ਵਧੀਆ, ਜਿਵੇਂ ਇਹਦੀ ਹਾਈਟ 6+ ਆ, ਕਿੰਨੀ ਆ? 6-3 ਹਾਈਟ ਆ। ਸੋ ਬਾਈ ਜੀ ਨੂੰ ਪੁੱਛਾਂਗੇ ਕਿਸ਼ਤ ਕਿੰਨੀ ਜਾਂਦੀ ਵੀਰ ਜੀ? ਕਿਸ਼ਤ ਇਹਦੀ ਮੈਂ ਕਿਸ਼ਤ ਭਰ ਰਿਹਾ ਜੀ $239 ਬਾਈ ਵੀਕਲੀ, ਤੇ ਮਹੀਨੇ ਦੇ 480 ਹੋ ਗਏ। ਤੇ ਬਾਕੀ ਗੱਲ ਇਹ ਵੀ ਆ ਗਈ, 5 ਸਾਲਾਂ ਦੀ ਬਾਈ ਨੇ ਕੀਤੀ ਆ। ਹਾਂ, ਕਿਉਂਕਿ ਨਾਰਮਲੀ ਮੈਨੂੰ ਬੜਿਆਂ ਨੇ ਕਿਹਾ ਵੀ ਤੂੰ ਕਿਸ਼ਤ ਬਹੁਤ ਭਰਦਾ ਵਾ, ਪਰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਸਾਲਾਂ ਕਿੰਨੇ ਦੀਆਂ ਕਰਾਈਆਂ, ਹਨਾ। ਨਾਰਮਲੀ ਇੱਥੇ ਸਾਰੇ 7 ਸਾਲਾਂ ਦੀਆਂ ਕਿਸ਼ਤਾਂ ਕਰਾਉਂਦੇ ਆ, ਤੇ ਉਹਨਾਂ ਨੂੰ ਜਿਵੇਂ 190 ਹਨਾ, 190 ਜਾਂ 200 ਆਊਗੀ ਬਾਈ ਵੀਕਲੀ, ਪਰ ਮੈਂ 5 ਸਾਲਾਂ ਦੀਆਂ ਕਰਾਈਆਂ ਤਾਂ ਕਰਕੇ ਮੈਨੂੰ 240 ਆਉਂਦੀ, ਫਿਰ ਮੈਨੂੰ ਉਸ ਹਿਸਾਬ ਨਾਲ ਮੈਨੂੰ ਇੰਟਰਸਟ ਰੇਟ ਵੀ ਘੱਟ ਪਿਆ, ਹਨਾ। ਹਾਂ, ਜੇ 5 ਸਾਲ ਦੀ ਕਰਾਉਂਦਾ। ਬਾਕੀ ਬਾਈ ਜੀ ਨੂੰ ਸਪੀਡਿੰਗ ਟਿਕਟ ਵੀ ਹੈਗੀ ਆ ਬਾਈ ਕੋਲੇ, 1-2 ਟਿਕਟਾਂ ਹੈਗੀਆਂ ਨੇ। ਸੋ ਦੈਟਸ ਬਾਈ, ਇੰਸ਼ੋਰੈਂਸ ਮਹਿੰਗੀ ਆ ਵੈਸੇ ਤਾਂ, 196 ਮੇਰੀ ਭਰਦਾ, 186 ਕਾ ਤੇਰੀ? ਮੇਰੀ 188। 188, ਸੋ ਸੇਮ ਹੀ ਹੈ ਜੇ ਨਾਰਮਲੀ ਇੱਥੇ 150 ਜਾਂ 120 ਹੀ ਆਉਂਦੀ ਚੰਗੀ। ਹਾਂ, 150 ਆਉਂਦੀ ਆ। ਸੋ ਹਾਂਜੀ, ਤੇ ਹੁਣ ਆਪਾਂ ਚਲਾ ਕੇ ਦੇਖਦੇ ਹਾਂ ਗੱਡੀ ਕਿਵੇਂ ਦੀ ਆ। ਫੈਂਟਰ ਨਹੀਂ ਮਾਰਨਾ, ਮੈਂ ਕਹਿੰਦਾ ਵੀ ਚੱਕ ਲਓ ਫੜ, ਮੈਂ ਦੇਖਦਾ ਚਲਾ ਕੇ। ਹਾਂ ਹਾਂ, ਹੈਨਾ, ਆਪਾਂ ਜ਼ਰੂਰ ਦੇਖਣੀ ਆ। ਹੋਰ ਕਿਹੜੀ ਗੱਡੀ ਲੈਣ ਦੀ ਆਸ ਸੀ ਇਹ ਤੋਂ ਬਿਨਾਂ? ਹੋਰ ਪਹਿਲਾਂ ਤਾਂ ਮੈਂ ਚੈਲੇਂਜਰ ਲੈਣ ਲੱਗਾ ਹਾਂ, ਸਾਰਾ ਕੁਝ ਕਰਾਤਾ ਸੀ ਮੈਂ ਉਹਦਾ, ਮਤਲਬ $100 ਮੈਂ ਦੇ ਵੀ ਆਇਆ ਹਾਂ ਡਿਪੋਜ਼ਿਟ, ਤੇ ਪਰ ਫਿਰ ਜਦੋਂ ਮੈਂ ਟੈਸਟ ਡਰਾਈਵ ਕਰਕੇ ਵੇਖੀ ਨਾ, ਤੇ ਮੇਰਾ ਸਿਰ ਛੱਤ ਨਾਲ ਲੱਗੇ, ਜਿਹੜੀਆਂ ਲੱਤਾਂ ਵਾ ਸਟੀਅਰਿੰਗ ਚ ਆਉਣ, ਹਨਾ,
ਲਗੀਆਂ ਤੇਲ ਵਗੈਰਾ ਦੱਸਦਾ ਡੈਸ਼ਬੋਰਡ ਠੀਕ ਆ ਓਕੇ ਹਾਫ ਡਿਜੀਟਲ ਆ ਤੇ ਹਾਫ ਇਧਰ ਐਨਾਲੌਗ ਆ ਸੂਈ ਵਾਲਾ ਵਾ ਚਲ ਕੁਛ ਵੀ ਆ ਪਾਸਾ ਡਿਜੀਟਲ ਆ ਮਤਲਬ ਅੱਛਾ ਠੀਕ ਆ ਓਕੇ ਕੋਈ ਗੱਲ ਨਹੀਂ ਬਾਅਦ ਚ ਦੇਖਦੇ ਆ ਸੂਈ ਆ ਇਹਦੇ ਵਿੱਚ ਹਾਂ ਇਹ ਸੂਈ ਆ ਉਹ ਡਿਜੀਟਲ ਠੀਕ ਆ ਚਲੋ ਜੀ ਆਪਾਂ ਹੁਣ ਚਲਾ ਕੇ ਦੇਖਦੇ ਆ ਲੋ ਵੀ ਆ ਗੱਡੀ ਮੈਂ ਨੀਵੀਆਂ ਲਾਈਕ ਕਰਦਾ ਸੋ ਉਸ ਹਿਸਾਬ ਨਾਲ ਇਹ ਗੱਡੀ ਮੇਰੇ ਲਈ ਬਹੁਤ ਵਧੀਆ ਹੋਂਡਾ ਵਾਲੀ ਕੈਟਾਗਰੀ ਆ ਸੋ ਨੀਵੀਂ ਗੱਡੀ ਨੂੰ ਪਸੰਦ ਆ ਤੇ ਬਾਈ ਆ ਰੋਡ ਡਿਟੈਕਟਰ ਵੀ ਹੈਗਾ ਤੇ ਆ ਕੀ ਚੀਜ਼ ਆ ਇਹ ਉਹ ਜਦੋਂ ਇਹ ਅਡੈਪਟਿਵ ਕਰੂਜ਼ ਕੰਟਰੋਲ ਦਾ ਵਾ ਵੀ ਇੱਥੋਂ ਜਿਵੇਂ ਕਰ ਲਈਦਾ ਵਾ ਵੀ ਜਿਵੇਂ ਨਾਲ ਆਪਾਂ 140 ਤੇ ਜਾਂਦੇ ਆ ਤੇ ਮੇਰੇ ਵਾਲੇ ਨੂੰ ਵੀ ਵੱਧ ਨੀਵੀਂ ਗੱਡੀ ਚਾਹੀਦੀ ਤੇ ਅੱਗੇ ਵਾਲੀ ਗੱਡੀ 120 ਤੇ ਆ ਹਨਾ ਤੇ ਇੱਥੋਂ ਆਪਾਂ ਕਰ ਲਾਂਗੇ ਵੀ ਕਿੰਨੀ ਜਿਵੇਂ ਆ ਚਾਰ ਗੱਡੀਆਂ ਦੀ ਵਿੱਚ ਤੇ ਸ਼ੀਸ਼ੇ ਮੇਰੇ ਹਾਈਟ ਵਸੇ ਹਿੱਟ ਹੋ ਜਾਂਦੇ ਹੁਣ ਮੈਨੂੰ ਆ ਸ਼ੀਸ਼ੇ ਦਿਸ ਨਹੀਂ ਰਿਹਾ ਵੀ ਕੀ ਹੋਈ ਜਾਂਦਾ ਤੇ ਮਤਲਬ ਉਦਾਂ ਗੱਡੀ ਵਧੀਆ ਗੁੱਡ ਕੁਆਲਿਟੀ ਦਾ ਆਲਟਨ ਆ ਯਾਰ ਪੂਰੀ ਮੈਂ ਉਹ ਵੈਸੇ ਉਹਦੇ ਚ ਫੀਚਰ ਬਹੁਤ ਜ਼ਿਆਦਾ ਸੀ ਜਿਹੜੀ ਅਲੰਟਰਾ ਚ ਹਾਂ ਉਹ ਚ ਫੀਚਰ ਬਹੁਤ ਜ਼ਿਆਦਾ ਆ ਮੇਰੇ ਤੋਂ ਪਹਿਲਾਂ ਹੁੰਦੀ ਕੀਆ ਦੀ ਗੱਡੀ ਤੇ ਅਲੰਟਰਾ ਦੀ ਕੀਆ ਦਾ ਮਤਲਬ ਇੰਜਨ ਟਰਾਂਸਮਿਸ਼ਨ ਸਸਪੈਂਸ਼ਨ ਸੇਮ ਹੀ ਹੁੰਦਾ ਵਾ ਦੋਵੇਂ ਸੇਮ ਕੰਪਨੀ ਦੀਆਂ ਗੱਡੀਆਂ ਇੱਕ ਹਿਸਾਬ ਨਾਲ ਅੰਦਰੋਂ ਬਾਹਰੋਂ ਬ੍ਰਾਂਡ ਨਾਲ ਹੀ ਵੱਖਰਾ ਕੀਤਾ ਪਿਆ ਉਹਨਾਂ ਨੇ ਤੇ ਉਹਦਾ ਬਸ ਜੇ ਸਸਪੈਂਸ਼ਨ ਦੀ ਪ੍ਰੋਬਲਮ ਆਉਣ ਲੱਗ ਪਏ ਨਾ ਫਿਰ ਉਹ ਠੀਕ ਨਹੀਂ ਹੁੰਦੀ ਉਹਨਾਂ ਗੱਡੀਆਂ 'ਚ ਤਾਂ ਕਰਕੇ ਕਿਉਂਕਿ ਮੇਰੇ ਤੋਂ ਪਹਿਲਾਂ ਕੀਆ ਹੁੰਦੀ ਉਹਨੇ ਬੜੇ ਪੈਸੇ ਲਵਾਏ ਮੇਰੇ ਸ਼ੌਕਰਾਂ ਸ਼ੁਕਰਾਂ 'ਤੇ ਤਾਂ ਕਰਕੇ ਫਿਰ ਮੈਂ ਇੱਧਰ ਆ ਗਿਆ ਸੋ ਕੀ ਕਰੀ ਜਾਂਦੇ ਨੇ ਸਾਫ਼ ਸੂਫ ਕਰੀ ਜਾਂਦੇ ਕੀ ਕਰੀ ਜਾਂਦੇ 15 ਲਓ ਬਾਈ ਜੀ ਹੁਣ ਆਪਾਂ ਮਾੜੀ ਜੀ ਨੂੰ ਭਜਾ ਲਈਏ ਇਸ ਤੋਂ ਫਿਰ ਮੋਡ ਚੇਂਜ ਕਰ ਲਓ ਅਕਾਊਂਟ ਵਿੱਚ ਭੱਜਣੀ ਨਹੀਂ ਆ ਨਹੀਂ ਮੈਂ ਕੋਈ ਰੇਸ਼ ਨਹੀਂ ਲਾਉਣੀ ਯਾਰ ਭਜਾਉਣ ਸੋ ਗੱਡੀ ਜਿਹਨਾਂ ਦੀ ਹਾਈਟ ਵਾਲੀ ਆ ਉਹਨਾਂ ਲਈ ਬੈਸਟ ਗੱਡੀ ਆ ਇਹ ਬਹੁਤ ਬੈਸਟ ਆ ਤੇ ਫਿਲਹਾਲ ਫੀਚਰ ਉਹਨੇ ਜ਼ਿਆਦਾ ਨਹੀਂ ਹੈਗੇ ਉਹਦੇ ਜਿੰਨੇ ਹਾਂ ਫੀਚਰ ਨਹੀਂ ਉਹਨੇ ਹੈਗੇ ਫੀਚਰ ਘੱਟ ਨੇ ਤੇ ਪਰ ਜੇ ਤੁਹਾਡੀ ਲੈਣੀ ਆ ਸਪੋਰਟਸ ਜੇ ਸਪੋਰਟਸ ਮਾਡਲ ਲੈਣਾ ਲੈ ਸਕਦੇ ਹੋ ਤੇ ਪਿੱਛੋਂ ਵੀ ਆਪਾਂ ਦਿਖਾਉਂਦੇ ਹਾਂ ਸਮਾਨ ਬਹੁਤ ਪਿਆ ਵੈਸੇ ਮੁੰਡਾ ਕੰਮ ਵਾਲਾ ਯਾਰ ਤੇ ਬਾਕੀ ਕਿਵੇਂ ਯਾਰ ਜੀ ਕਿਵੇਂ ਲੱਗਦਾ ਬਾਬੇ ਉਹ ਜੀ ਲਾਲੋ ਭਈ ਅਸੀਂ ਕੰਮ ਤੇ ਚੱਲ ਜਾਈਦਾ ਵਾ ਜਾਂ ਇੱਧਰ ਇੱਕ ਪੰਜਾਬੀ ਵੀ ਨਹੀਂ ਦੇਖਿਆ ਜੇ ਤੱਕ ਇੱਥੇ ਤੈਨੂੰ ਤਾਂ ਬਣਾ ਤੇਰੇ ਤੋਂ ਮੋੜੋ ਮੈਂ ਆਪਾਂ ਵਿਖਾ ਲਿਆਉਂਦੇ ਪੰਜਾਬੀ ਗੱਡੀ ਮੋੜੋ ਤੇ ਨਹੀਂ ਬਾਬਾ ਐ ਹੁਣ ਮੇਰੇ ਘਰੇ ਥੋੜੀ ਜਾਣਾ ਕਰੇ ਪੈਸੇ ਕਰਾਂਗੇ ਸੜਕਾਂ ਤੇ ਜਾਂ ਹੋਰ ਹਾਂ ਉਹ ਸਾਰੇ ਕੰਮਾਂ ਕਾਰਾਂ ਤੇ ਗਏ ਉਸ ਤਰ੍ਹਾਂ ਫਿਰ ਤੋਂ ਮਿਲ ਗਿਆ ਵੈਸੇ ਲਿਖਿਆ ਵੀ ਆਉਂਦਾ ਬਾਬਾ 50 ਮੈਕਸ ਆ ਰੋਡ ਦੀ ਵੀ ਦੱਸਦਾ ਨਾ ਹਾਂ ਉਹ ਦੂਜੇ ਜਿਹੜੇ ਜਿਵੇਂ ਜਦੋਂ ਵੀ ਆਪਾਂ ਸੜਕ ਕੇ ਚੜੀਦਾ ਨਾ ਉਹ ਜਿਵੇਂ ਆਪਣੇ ਸਪੀਡ ਲਿਮਿਟ ਦਾ ਸਾਈਨ ਆਉਂਦਾ ਵਾ ਤੇ ਉਹ ਸਾਈਨ ਉੱਥੋਂ ਸੈਂਸਰ ਨਾਲ ਕੈਚ ਕਰ ਲੈਂਦਾ ਵਾ ਹਾਂ ਆਵੇ ਉਹ ਲਿਖਿਆ ਆਉਂਦਾ ਉੱਥੇ ਸੈਂਸਰ ਲੱਗਿਆ ਕਵਾੜ ਜਿਹਾ ਦੱਸਾਂ ਕਹਿੰਦਾ ਮਿਲਿਆ ਨਹੀਂ ਸਹੀ ਆ ਬਹੁਤ ਨੀਵੀਂ ਆ ਗਿੱਠ ਪੈ ਜਾਂਦੀ ਪੂਰੀ ਜਗ੍ਹਾ ਤਾਂ ਉੱਪਰ ਨੂੰ ਉਹਦੇ ਵਾਲੀ ਘੰਟਾ ਮੈਂ ਤਾਂ ਨੀਵੀਂ ਵਾਲੀ ਕਰੀ ਬੈਠਾ ਖੁੱਲੀ ਆ ਵੈਸੇ ਯਾਰ ਬਹੁਤ ਗੁੱਡ ਮੈਨ ਦੀ ਲਾਲਟਨ ਕਿਉਂਕਿ ਹੁਣ ਜਦੋਂ ਸੀਟ ਲਾਈ ਆ ਅਸੀਂ ਬੇਬੀ ਸੀਟ ਵੱਡੀ ਲਾਈ ਆ ਇਹ ਉਦੋਂ ਪਤਾ ਲੱਗਦਾ ਜਦੋਂ ਆਪਾਂ ਭੀੜੀ ਕਾਰ ਲੈ ਲੈਂਦੇ ਬਾਅਦ 'ਚ ਪਤਾ ਲੱਗਦਾ ਜਵਾਕ ਜਦੋਂ ਪੁੱਛਦੇ ਨੇ ਖੁੱਲੀ ਗੱਡੀ ਹੀ ਲੋਟ ਰਹਿੰਦੀ ਤਾਂ ਕਿ ਸਫ਼ਰ ਕਰਨਾ ਤੂੰ ਬ੍ਰੈਂਪਟਨ ਗਿਆ ਸੀ ਇਹਦੇ 'ਚ ਇਹਦੇ 'ਚ ਗਿਆ ਸੀ ਇਹਦੇ 'ਚ ਗਿਆ ਸੀ ਕਿਵੇਂ ਰਿਹਾ ਸਫ਼ਰ ਵਧੀਆ ਰਿਹਾ ਪੱਕ ਗਿਆ ਸੀ ਕਿ ਸਿੱਧਾ ਡਾਇਰੈਕਟ ਨਹੀਂ ਮੈਂ ਮੌਂਟਰੀਅਲ ਰੁਕਿਆ ਸੀ ਮੌਂਟਰੀਅਲ ਸਲੀਪ ਹੋਈ ਮਤਲਬ ਸਲੀਪ ਕਰਦੇ ਬਾਅਦ ਵੀ ਰੈਸਟ ਕੀਤੀ ਹਾਂ ਰੈਸਟ ਕੀਤੀ ਠੀਕ ਆ ਪਰ ਉੱਦਾਂ ਮਤਲਬ ਕੋਈ ਤੰਗ ਨਹੀਂ ਹੋਇਆ ਤੂੰ ਬੜਾ ਨਹੀਂ ਨਹੀਂ ਤੰਗ ਸੀਟਾਂ ਬਹੁਤ ਕੰਫਰਟੇਬਲ ਬਾਈ ਲੰਟਰਾ ਨਾਲੋਂ ਪੰਪ ਨਹੀਂ ਮਾਰਦਾ ਲੰਟਰਾ ਨਾਲੋਂ ਸੀਟ ਕੰਫਰਟੇਬਲ ਇਹਦੀ ਜ਼ਿਆਦਾ ਆ ਬਾਕੀ ਮੈਂ ਉੱਤੇ ਸੀਟ ਕਵਰ ਪਾਇਆ ਕਿਉਂਕਿ ਮੈਂ ਐਵੇਂ ਕੋਈ ਡੋਲ ਡਾਲ ਕੇ ਦਾਗ ਨਾ ਪਾ ਲਈਏ ਰੱਖੋ ਥੱਲੇ ਤੇ ਹੁਣ ਮਗਰ ਦੀ ਗੱਲ ਕਰੀਏ ਪਰ ਸੀਟਾਂ ਵਾਲੇ ਪੱਖੋਂ ਵਧੀਆ ਯਾਰ ਹਨਾ ਸਮਾਨ ਪਿਆ ਬਾਈ ਦਾ ਕੰਮ ਵਾਲਾ ਭਾਈ ਮੁੰਡਾ ਸਕਿੱਪ ਕਿਵੇਂ ਚੱਲਦੀ ਇੱਥੇ ਵਧੀਆ ਚੱਲਦੀ ਆ ਸਕਿੱਪ ਵਧੀਆ ਚਲਾ ਕੇ ਵੀ ਘੈਂਟ ਲੱਗੀ ਬਸ ਮੇਕ ਸ਼ੋਰ ਕਰ ਲਿਓ ਇੰਨੇ ਫੀਚਰ ਜਿਹੜਾ ਬੰਦਾ ਸਿੰਪਲ ਗੱਡੀ ਬਹੁਤ ਨਜਾਇਜ਼ ਫੀਚਰ ਨਹੀਂ ਸੋਲਾਂ ਇੰਚ ਮਿਲਦੇ ਕੰਪਨੀ ਵੱਲੋਂ ਸੋ ਸਾਡੀ ਅੱਜ ਦੀ ਵੀਡੀਓ ਸੀਗੀ ਸਮਰੱਥ ਬਾਈ ਨਾਲ
ਤੇ ਬਾਈ ਇੱਥੇ ਪਹੁੰਚਿਆ। ਥੈਂਕ ਯੂ ਬਾਈ ਦਾ, ਬਾਈ ਦਾ ਚੈਨਲ ਵਾਲਾ ਨਿਊ ਬ੍ਰਾਂਜ਼ਵਿਕ ਨੂੰ ਲੈ ਕੇ। ਬਾਈ ਦੀ ਵੀਡੀਓ ਦੇਖਿਆ ਕਰੋ, ਸੋਹਣੀਆਂ ਨੇ। ਦੋ ਢਾਈ ਸਾਲ ਹੋ ਗਏ ਹੁਣ, ਪੀ ਆਰ ਵੀ ਲਾਊ ਬਾਈ, ਇੱਥੇ ਰਹਿ ਕੇ ਲਾਊਗਾ, ਇੱਥੇ ਹੀ ਰਹੂਗੀ ਫਿਊਚਰ ਵੀ। ਪੁੱਛ ਲਿਓ ਕੋਈ ਸਵਾਲ ਪੁੱਛਣਾ, ਰਿਪਲਾਈ ਕਰ ਦਿੰਦਾ ਮੁੰਡਾ, ਮੈਨੂੰ ਪਤਾ ਕਰ ਦਿੰਦਾ। ਬਾਈ ਦਾ ਸਨੈਪਚੈਟ ਆ ਰਿਹਾ ਹੋਊਗਾ, ਇੰਸਟਾਗ੍ਰਾਮ ਮੇਰਾ ਸਾਰਾ ਕੁਛ ਆ ਰਿਹਾ ਹੋਊ, ਥੱਲੇ ਡਿਸਕ੍ਰਿਪਸ਼ਨ ਚੈੱਕ ਕਰ ਲਿਓ। ਅਤੇ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ 'ਚ, ਕਿਸੇ ਹੋਰ ਬਾਈ ਨਾਲ, ਕਿਸੇ ਹੋਰ ਰਿਵਿਊ ਗੱਡੀ ਦਾ। ਲੋਡ ਚੱਕ ਲਈਏ ਹੁਣ, ਅਤੇ ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ।